ਇਸ ਇਤਿਹਾਸਕ ਦਿਨ ਉਪਰ 71 ਹੋਏ ਸਾਰੇ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਨਮੋ ਬੁੱਧਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸਕ ਦਿਨ ਇਸ ਨੂੰ ਮੈਂ ਇਸ ਲਈ ਕਹਿ ਰਿਹਾ ਤਰੀਕ ਵੀ ਦਾ ਜ਼ਿਕਰ ਵੀ ਇਸੇ ਲਈ ਕਰ ਰਿਹਾ ਹੈਗਾ ਕਿਉਂਕਿ ਇਤਿਹਾਸ ਜੋ ਹੁੰਦਾ ਉਹ ਦਸਤਾਵੇਜ਼ਾਂ ਦੇ ਮਾਧਿਅਮ ਤੋਂ ਉਸ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ ਕਿਉਂਕਿ ਪ੍ਰੋਗਰਾਮ ਹੋ ਗਿਆ ਕੋਈ ਘਟਨਾ ਘਟ ਗਈ ਲੇਕਿਨ ਉਸ ਦਾ ਅਗਰ ਕਿਸੇ ਪ੍ਰਕਾਰ ਦਾ ਦਸਤਾਵੇਜ਼ੀਕਰਨ ਨਹੀਂ ਹੋਇਆ ਤਾਂ ਪ੍ਰੋਗਰਾਮ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਘਟਨਾ ਭਾਵੇਂ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਉਹ ਵਿਸਰ ਜਾਂਦੀ ਹੈ ਉਹ ਸਮਾਂ પાਕੇ ਉਹ ਵਿਸਰ ਜਾਂਦੀ ਹੈ ਹੁਣ ਦਸਤਾਵੇਜ਼ ਜੀ ਕਰਨ ਦੇ ਵਿੱਚ ਅਸੀਂ ਸਮਝਦੇ ਸ਼ਾਇਦ ਸਿਰਫ ਉਹ ਲਿਖਿਤ ਦੇ ਵਿੱਚ ਹੀ ਹੁੰਦੀ ਹੈ ਉਹਦਾ ਡਾਕੂਮੈਂਟੇਸ਼ਨ ਰਿਟਰਨ ਦੇ ਵਿੱਚ ਵੀ ਉਸ ਘਟਨਾ ਦਾ ਉਸ ਪ੍ਰੋਗਰਾਮ ਦਾ ਕੀਤਾ ਜਾ ਸਕਦਾ ਉਸ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਜਾ ਸਕਦੀ ਹੈ ਉਸ ਦੀ ਆਡੀਓ ਰਿਕਾਰਡਿੰਗ ਵੀ ਕੀਤੀ ਜਾ ਸਕਦੀ ਹੈ ਤਾਂ ਜਦੋਂ ਅਸੀਂ ਕਿਸੇ ਪ੍ਰੋਗਰਾਮ ਨੂੰ ਔਰ ਕਿਸੇ ਘਟਨਾ ਵਿਸ਼ੇਸ਼ ਨੂੰ ਇਹਨਾਂ ਮਾਧਿਅਮਾਂ ਦੇ ਜ਼ਰੀਏ ਸੰਭਾਲ ਲੈਂਦੇ ਆ ਤਾਂ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਮੁਹੱਈਆ ਹੋ ਸਕਦੀ ਹੈ ਕਿ ਫਲਾਣੀ ਤਰੀਕ ਨੂੰ ਫਲਾਣੀ ਘਟਨਾ ਘਟੀ ਸੀ ਫਲਾਣਾ ਪ੍ਰੋਗਰਾਮ ਹੋਇਆ ਸੀ ਤਾਂ ਉਹ ਘਟਨਾ ਜਾਂ ਪ੍ਰੋਗਰਾਮ ਇਤਿਹਾਸਕ ਹੋ ਜਾਂਦਾ ਹੈ ਇਹ ਅੱਜ ਦਾ ਜੋ ਇਤਿਹਾਸਿਕ ਦਿਨ ਆ ਇਹ ਫਿਲਮ ਮੂਲ ਨਿਵਾਸੀ ਸ਼ੂਦਰਾ ਟੂ ਖਾਲਸਾ ਜੋ ਫਿਲਮ ਸਾਡੇ ਜੁਝਾਰੂ ਮਿਸ਼ਨਰੀ ਸਾਥੀਆਂ ਨੇ ਬਹੁਤ ਵੱਡਾ ਹੰਬੜਾ ਮਾਰ ਕੇ ਇਹ ਜੋ ਉਪਰਾਲਾ ਕੀਤਾ ਆ ਖਾਸ ਤੌਰ ਤੇ ਡਾਕਟਰ ਭੀਮਰਾਓ ਅੰਬੇਡਕਰ ਸਿੱਖ ਫਾਊਂਡੇਸ਼ਨ ਦੇ ਜੋ ਸਾਥੀ ਨੇ ਚਾਹੇ ਉਹ ਵਿਦੇਸ਼ਾਂ ਵਿੱਚ ਨੇ ਚਾਹੇ ਉਹ ਭਾਰਤ ਵਿੱਚ ਨੇ ਜਿਸ ਨੂੰ ਹਰਪ੍ਰੀਤ ਸਿੰਘ ਜਮਾਲਪ uri ਜੀ ਇੱਥੇ ਉਸ ਦਾ ਉਸ ਦੀ ਜੋ ਨੁਮਾਇੰਦਗੀ ਕਰਦੇ ਨੇ ਇਹਨਾਂ ਸਾਰੇ ਸਾਥੀਆਂ ਨੇ ਜੋ ਆਪਣਾ ਸਮਾਂ ਆਪਣਾ ਪੈਸਾ ਔਰ ਆਪਣੀ ਊਰਜਾ ਲਗਾ ਕੇ ਔਰ ਚੌਥੀ ਚੀਜ਼ ਚੌਥੀ ਚੀਜ਼ ਕਿਹੜੀ ਜਿਹੜੀ ਚੀਜ਼ ਦੇ ਵਿੱਚ ਜਿਸ ਖੇਤਰ ਦੇ ਵਿੱਚ ਸਭ ਤੋਂ ਵੱਡੀ ਗੱਲ ਕਿਹੜੀ ਆ ਕਿ ਉਸ ਚੌਥੇ ਖੇਤਰ ਦੇ ਵਿੱਚ ਜੋ ਕਲਾ ਦਾ ਖੇਤਰ ਹੈ ਔਰ ਦੂਸਰੀ ਵਧਾਈ ਮੈਂ ਇੱਕ ਹੋਰ ਦੇਵਾਂਗਾ ਕਿਉਂਕਿ ਸਾਥੀਆਂ ਨੇ ਕੁਝ ਨਿਮੋਸ਼ੀ ਜੀ ਦਿਖਾ ਲਈ ਹੈ ਕੁਝ ਨਿਰਾਸ਼ਾ ਜੀ ਗੱਲਬਾਤ ਦੇ ਵਿੱਚ ਉਹ ਝਲਕੀ ਆ ਕਿ ਫਿਲਮ ਦੇ ਉੱਤੇ ਕਾਫੀ ਪੈਸਾ ਲੱਗਾ ਕਰੋੜਾ ਰੁਪਿਆ ਇਹਦੇ ਉੱਤੇ ਫਿਲਮ ਦੇ ਉੱਤੇ ਲੱਗਾ ਲੇਕਿਨ ਭਾਰਤ ਸਰਕਾਰ ਦੇ ਸੈਂਸਰ ਬੋਰਡ ਨੇ ਜੋ ਮੁੰਬਈ ਵਿੱਚ ਬੈਠਾ ਉਸ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਪਾਸ ਨਹੀਂ ਕੀਤਾ ਇਸ ਨੂੰ ਸਰਟੀਫਿਕੇਟ ਨਹੀਂ ਦਿੱਤਾ ਹੁਣ ਇੱਥੇ ਕੀ ਹੋ ਸਕਦਾ ਕੀ ਹੋ ਸਕਦਾ ਸਾਡਾ ਆਰਥਿਕ ਨੁਕਸਾਨ ਹੋ ਸਕਦਾ ਕਿਉਂਕਿ ਫਿਲਮ ਜਿਹੜੀ ਆ ਫਿਲਮ ਕੇਵਲ ਫਿਲਮ ਨਹੀਂ ਹੈਗੀ ਪਹਿਲੀ ਗੱਲ ਤਾਂ ਇਹ ਕਿ ਜੋ ਫਿਲਮ ਹੁੰਦੀ ਆ ਉਹ ਅਸਲ ਦੇ ਵਿੱਚ ਸਮਾਜ ਦਾ ਦਰਪਣ ਹੁੰਦੀ ਹੈ ਸਮਾਜ ਦਾ ਉਹ ਆਇਨਾ ਹੁੰਦੀ ਹੈ ਖਾਸ ਤੌਰ ਤੇ ਜੋ ਇਤਿਹਾਸਿਕ ਸੱਚਾਈ ਨੂੰ ਇਤਿਹਾਸਿਕ ਤੱਥਾਂ ਨੂੰ ਮੱਦੇਨਜ਼ਰ ਰੱਖਦੇ ਆ ਬਣਾਈ ਜਾਂਦੀ ਹੈ ਉਹਦੇ ਵਿੱਚ ਆਰਟ ਫਿਲਮ ਵੀ ਆਉਂਦੀਆਂ ਸ਼ਾਰਟ ਮੂਵੀਜ਼ ਵੀ ਆਉਂਦੀਆਂ ਔਰ ਇਹ ਜੋ ਫਿਲਮ ਆ ਸ਼ੂਦਰਾ ਟੂ ਖਾਲਸਾ ਇਹ ਫਿਲਮ ਇਤਿਹਾਸਿਕ ਸੱਚ ਨੂੰ ਔਰ ਇਤਿਹਾਸਿਕ ਤੱਥਾਂ ਨੂੰ ਮੱਦੇਨਜ਼ਰ ਰੱਖਦੇ ਹੋਇਆ ਬਣਾਈ ਗਈ ਫਿਲਮ ਹੈ ਇਹ ਮੂਲ ਨਿਵਾਸੀ ਬਹੁਜਨ ਸਮਾਜ ਨੂੰ ਉਸਦਾ ਆਇਨਾ ਦਿਖਾਉਣ ਦੇ ਲਈ ਇਹ ਫਿਲਮ ਬਣਾਈ ਗਈ ਹੈ ਇਸ ਦੇ ਪਿੱਛੇ ਇੱਕ ਸੋਚ ਆ ਇਸ ਦੇ ਪਿੱਛੇ ਇੱਕ ਇਸ ਦੇ ਅੱਗੇ ਇੱਕ ਮਕਸਦ ਹੈ ਇਹ ਜਿਹੜੀ ਫਿਲਮ ਇੰਡਸਟਰੀ ਹੈ ਫਿਲਮ ਇੰਡਸਟਰੀ ਦੇ ਮਾਧਿਅਮ ਤੋਂ ਫਿਲਮਾਂ ਦੇ ਮਾਧਿਅਮ ਤੋਂ ਸਮਾਜ ਨੂੰ ਉਸਦਾ ਦਰਪਣ ਵੀ ਦਿਖਾਇਆ ਜਾਂਦਾ ਲੇਕਿਨ ਫਿਲਮ ਇੱਕ ਉਦਯੋਗ ਵੀ ਆ ਫਿਲਮ ਇੰਡਸਟਰੀ ਵੀ ਆ ਭਾਰਤ ਦੀ ਫਿਲਮ ਇੰਡਸਟਰੀ ਮੁੰਬਈ ਤੋਂ ਚੱਲਦੀ ਆ ਔਰ ਇਹਦੇ ਮਾਧਿਅਮ ਤੋਂ ਬਹੁਤ ਵੱਡੇ ਪੈਮਾਨੇ ਤੇ ਪੈਸਾ ਵੀ ਕਮਾਇਆ ਜਾਂਦਾ ਇਹਦੇ ਨਾਲ ਇੱਕ ਆਰਥਿਕ ਪੱਖ ਵੀ ਜੁੜਿਆ ਹੋਇਆ ਕਿਉਂਕਿ ਇਹ ਕਰੋੜਾਂ ਦੀ ਅਰਬਾਂ ਖਰਬਾਂ ਦੀ ਗੱਲ ਹੈ ਫਿਲਮ ਬਣਾਉਣਾ ਕੋਈ ਛੋਟੀ ਗੱਲ ਨਹੀਂ ਹੈਗੀ ਭਾਰਤ ਦੇ ਵਿੱਚ ਔਰ ਖਾਸ ਤੌਰ ਤੇ ਮੂਲ ਨਿਵਾਸੀ ਭੋਜਨ ਸਮਾਜ ਦੇ ਲਈ ਕਿਉਂਕਿ ਇਹਨਾਂ ਸਾਰੇ ਕੰਮਾਂ ਲਈ ਪੈਸੇ ਦੀ ਵੱਡੇ ਪੈਮਾਨੇ ਤੇ ਜ਼ਰੂਰਤ ਪੈਂਦੀ ਆ ਕਾਫੀ ਖਰਚੀਲਾ ਕੰਮ ਹੁੰਦਾ ਹੈ ਔਰ ਇੱਕ ਕੰਮ ਜਿਹੜਾ ਹੈਗਾ ਡਾਕਟਰ ਪੀਮਰਾ ਅੰਬੇਡਕਰ ਸਿਕ ਫਾਊਂਡੇਸ਼ਨ ਨੇ ਕੀਤਾ ਹੈਗਾ ਇਹ ਵਾਕਈ ਇੱਕ ਇਤਿਹਾਸਕ ਕੰਮ ਹੈ ਮੈਂ ਜਿਹੜੀ ਦੂਸਰੀ ਵਧਾਈ ਦੀ ਗੱਲ ਕਰ ਰਿਹਾ ਸੀਗਾ ਫਿਲਮ ਸਾਥੀਆਂ ਨੇ ਬਣਾਈ ਇੱਕ ਕਿਸ ਦੀ ਵਧਾਈ ਦੂਸਰੀ ਵਧਾਈ ਜਿਹੜੀ ਹੈਗੀ ਕਿ ਸਾਥੀ ਕੁਝ ਨਿਰਾਸ਼ ਜਿਹਾ ਇਸ ਗੱਲ ਨੂੰ ਲੱਗ ਰਹੇ ਸੀਗੇ ਕਿ ਫਿਲਮ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ ਇਸ ਨੂੰ ਪਾਸ ਨਹੀਂ ਕੀਤਾ ਮੈਂ ਕਹਿੰਨਾ ਕਿ ਜਿੰਨੀ ਵੱਡੀ ਵਧਾਈ ਫਿਲਮ ਬਣਾਣ ਦੀ ਹੈ ਉਸ ਤੋਂ ਵੀ ਵੱਡੀ ਵਧਾਈ ਜਿਹੜੀ ਹੈ ਉਹ ਸੈਂਸਰ ਬੋਰਡ ਨੇ ਇਸ ਨੂੰ ਸਰਟੀਫਿਕੇਟ ਨਹੀਂ ਦਿੱਤਾ ਇਸ ਚੀਜ਼ ਦੀ ਵਧਾਈ ਹੈ ਦੇਖੋ ਹਰ ਇਨਸਾਨ ਦਾ ਆਪਣਾ ਆਪਣਾ ਪੁਆਇੰਟ ਆਫ View ਹੁੰਦਾ ਕਿਸੇ ਚੀਜ਼ ਨੂੰ ਕਿਸੇ ਵਿਚਾਰ ਨੂੰ ਕਿਸੇ ਘਟਨਾ ਨੂੰ ਦੇਖਣ ਦਾ ਮੈਂ ਆਪਣੇ ਨਜ਼ਰੀਏ ਤੋਂ ਗੱਲ ਕਹਿਣ ਲੱਗਾ ਹੈਗਾ ਕਿ ਜੇਕਰ ਸੈਂਸਰ ਬੋਰਡ ਇਸ ਫਿਲਮ ਨੂੰ ਪਾਸ ਕਰ ਦਿੰਦਾ ਸਰਟੀਫਿਕੇਟ ਦੇ ਦਿੰਦਾ ਤਾਂ ਇਸ ਦਾ ਮਤਲਬ ਕੀ ਸੀ ਕਿ ਇਹ ਫਿਲਮ ਉਹਨਾਂ ਦੇ ਅਨੁਕੂਲ ਹੈ ਇਹ ਫਿਲਮ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਨੁਕਸਾਨ ਪਹੁੰਚਾਉਣ ਵਾਲੀ ਨਹੀਂ ਹੈਗੀ ਅਗਰ ਉਹ ਇਸ ਤਰ੍ਹਾਂ ਦਾ ਪਹੁੰਚੇ ਇਹ ਫਿਲਮ ਸਾਡੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਨਹੀਂ ਕਰ ਸਕਦੀ ਤਾਂ ਉਹ ਇਸ ਨੂੰ ਜ਼ਰੂਰ ਸਰਟੀਫਿਕੇਟ ਦੇ ਦਿੰਦੇ ਇਸ ਨੂੰ ਪਾਸ ਕਰ ਦਿੰਦੇ ਉਹਨਾਂ ਨੇ ਪਾਇਆ ਕਿਉਂਕਿ ਸੈਂਸਰ ਬੋਰਡ ਦੇ ਵਿੱਚ ਕਿਹੜੇ ਲੋਕ ਬੈਠੇ ਨੇ ਉਹ ਆਪਾਂ ਚੰਗੀ ਤਰ੍ਹਾਂ ਜਾਣੂ ਉਹ ਉਸੇ ਮਨੁਵਾਦੀ ਸ਼ਾਸਕਜਮਾਦੇ代表ੀ ਉੱਥੇ ਬੈਠੇ ਹੋਏ ਨੇ ਕਿਉਂਕਿ ਫਿਲਮ ਇੰਡਸਟਰੀ ਦੇ ਉੱਤੇ ਪਰਟੀਕੂਲਰ ਇੱਕ ਜਮਾਤ ਦਾ ਕਬਜ਼ਾ ਹੈ ਬਹਾਮਣ ਬਣਿਆ ਜਮਾਤ ਦਾ ਉੱਥੇ ਕਬਜ਼ਾ ਹੈ ਜਿਵੇਂ ਫਿਲਮ ਇੰਡਸਟਰੀ ਦੇ ਉੱਤੇ ਕਬਜ਼ਾ ਹੈ ਇਸੇ ਤਰ੍ਹਾਂ ਖੇਲ ਇੰਡਸਟਰੀ ਦੇ ਉੱਤੇ ਵੀ ਉਹਦਾ ਕਬਜ਼ਾ ਹੈ ਇੰਡਸਟਰੀ ਇੱਕ ਪ੍ਰਕਾਰ ਦੀ ਨਹੀਂ ਹੈਗੀ ਭਾਰਤ ਦੇ ਵਿੱਚ ਅਸੀਂ ਕੋਈ ਫੈਕਟਰੀ ਲੱਗੀ ਦੇਖਦੇ ਹਾਂ ਉਦਯੋਗ ਲੱਗਾ ਦੇਖਦੇ ਆ ਸਾਨੂੰ ਲੱਗਦਾ ਸ਼ਾਇਦ ਇਹ ਹੀ ਇੰਡਸਟਰੀ ਹੈ ਇੰਡਸਟਰੀ ਇੱਕ ਪ੍ਰਕਾਰ ਦੀ ਨਹੀਂ ਹੁੰਦੀ ਜਿਵੇਂ ਫਿਲਮ ਇੰਡਸਟਰੀ ਹੈ ਅੱਜ ਦੀ ਤਰੀਕ ਦੇ ਵਿੱਚ ਜੋ ਭਾਰਤੀ ਲੋਕਤੰਤਰ ਦਾ ਜੋ ਚੌਥਾ ਪਿੱਲਰ ਜੋ ਮੀਡੀਆ ਆ ਉਹ ਮੀਡੀਆ ਵੀ ਅੱਜ ਇੱਕ ਇੰਡਸਟਰੀ ਬਣ ਚੁੱਕਿਆ ਹੈ ਔਰ ਭਾਰਤੀ ਲੋਕਤੰਤਰ ਦੇ ਚਾਰੋਂ ਪਿੱਲਰ ਇੱਕ ਬਿਲਡਿੰਗ ਦੇ ਚਾਰ ਪਿੱਲਰ ਨੇ ਉਹ ਚਾਰ ਪਿੱਲਰ ਕਿਹੜੇ ਨੇ ਆਪਾਂ ਜਾਣਦੇ ਆ ਵਿਧਾਇਕ ਆ ਕਾਰਜਪਾਲਿਕਾ ਆ ਨਿਆਂਪਾਲਿਕਾ ਔਰ মিডিਆ ਹੈ ਇਹ ਚਾਰ ਪਿੱਲਰਾਂ ਦੇ ਉੱਪਰ ਭਾਰਤੀ ਲੋਕਤੰਤਰ ਖੜਾ ਭਾਰਤ ਖੜਾ ਲੇਕਿਨ ਇਸ ਇਹ ਚਾਰ ਪਿੱਲਰ ਕਿਸ ਉੱਤੇ ਖੜੇ ਆ ਪਿੱਲਰ ਨੂੰ ਵੀ ਤਾਂ ਜ਼ਮੀਨ ਚਾਹੀਦੀ ਹੈ ਪਿੱਲਰ ਔਰ ਬਿਲਡਿੰਗ ਹਵਾ ਦੇ ਵਿੱਚ ਖੜੇ ਨਹੀਂ ਹੋ ਸਕਦੇ ਇਨਾ ਚਾਰ ਪਿੱਲਰਾਂ ਦੀ ਜੋ ਜ਼ਮੀਨ ਹੈ ਉਹ ਐਜੂਕੇਸ਼ਨ ਹੈ। ਅਗਰ ਐਜੂਕੇਸ਼ਨ ਨਹੀਂ ਤਾਂ ਚਾਰ ਪਿੱਲਰ ਨਹੀਂ ਖੜੇ ਹੋ ਸਕਦੇ। ਇਹ ਚਾਰ ਪਿੱਲਰ ਲੋਕਤੰਤਰ ਨੁਮਾ ਬਿਲਡਿੰਗ ਨੂੰ ਆਪਣੇ ਉੱਤੇ ਆਪਣੇ ਕੰਦਿਆਂ ਦੇ ਉੱਤੇ ਚੁੱਕ ਕੇ ਨਹੀਂ ਰੱਖ ਸਕਦੇ। ਮਤਲਬ ਜ਼ਮੀਨ ਜਿਹੜੀ ਹੈ ਉਹ ਐਜੂਕੇਸ਼ਨ ਹੈ ਔਰ ਅੱਜ ਹਾਕਮ ਜਮਾਤ ਨੇ ਐਜੂਕੇਸ਼ਨ ਨੂੰ ਵੀ ਇੱਕ ਇੰਡਸਟਰੀ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਹੈ। ਅੱਜ ਜਿਸ ਦੀ ਜੇਬ ਦੇ ਵਿੱਚ ਜਿੰਨਾ ਪੈਸਾ ਆਇਆ ਉਹ ਉਸੇ ਤਰ੍ਹਾਂ ਦੀ ਐਜੂਕੇਸ਼ਨ ਉਸੇ ਤਰ੍ਹਾਂ ਦਾ ਸਕੂਲ ਕੋ ਕਾਲਜ ਔਰ ਯੂਨੀਵਰਸਿਟੀ ਔਰ ਉਸੇ ਤਰ੍ਹਾਂ ਦੀ ਡਿਗਰੀ ਉਸੇ ਤਰ੍ਹਾਂ ਦੇ ਖੇਤਰ ਦੇ ਵਿੱਚ ਸਾਡੇ ਲੋਕ ਆਪਣੇ ਬੱਚਿਆਂ ਨੂੰ ਪਾਉਂਦੇ ਆ ਆਪਣੀ ਜੇਬ ਦੇਖ ਕੇ ਜਿਸ ਤਰ੍ਹਾਂ ਅਸੀਂ ਕੋਈ ਪ੍ਰੋਡਕਟ ਮਾਰਕੀਟ ਦੇ ਵਿੱਚੋਂ ਆਪਣੀ ਜੇਬ ਖਰੀਦ ਕੇ ਦੇਖ ਕੇ ਖਰੀਦਦੇ ਆ ਉਸੇ ਤਰ੍ਹਾਂ ਅੱਜ ਅਸੀਂ ਐਜੂਕੇਸ਼ਨ ਵੀ ਆਪਣੀ ਜੇਬ ਦੇਖ ਕੇ ਖਰੀਦ ਰਹੇ ਆ ਲੈ ਨਹੀਂ ਰਹੇ ਇਹਦਾ ਮਤਲਬ ਕੀ ਹੈ ਕਿ ਐਜੂਕੇਸ਼ਨ ਵੀ ਇੱਕ ਇੰਡਸਟਰੀ ਬਣ ਗਿਆ ਮੀਡੀਆ ਜੋ ਵਰਤਮਾਨ ਜੋ মিডিਆ ਆ ਜੋ ਪਿੱਲਰ ਹੈ ਚੌਥਾ ਲੋਕਤੰਤਰ ਦਾ ਉਹ ਇੱਕ ਇੰਡਸਟਰੀ ਬਣ ਚੁੱਕਿਆ ਉਹਨੂੰ ਪੈਸਾ ਸੱਟੋ ਦੇ ਅੱਗੇ ਇੱਕ ਹੋ ਚੁੱਕਿਆ ਸਟਿੰਗ ਆਪਰੇਸ਼ਨ ਹੋ ਚੁੱਕੇ ਉਹਦੀਆਂ ਸਾਰੀਆਂ ਰਿਪੋਰਟਸ ਆ ਚੁੱਕੀਆਂ ਕਿਸੇ ਵੀ ਚੈਨਲ ਦੇ ਅੱਗੇ ਤੁਸੀਂ ਪੈਸਾ ਸੱਟੋ ਕਿਸੇ ਤਰ੍ਹਾਂ ਦੀ ਵੀ ਤੁਸੀਂ ਰਿਪੋਰਟਿੰਗ ਕਿਸ ਤਰੀਕੇ ਦਾ ਮਾਹੌਲ ਇਸ ਦੇਸ਼ ਦੇ ਵਿੱਚ ਅਗਰ ਤਣਾਅਪੂਰਨ ਮਾਹੌਲ ਦੰਗੇ ਫਸਾਦ ਵਾਲਾ ਮਾਹੌਲ ਸਮਾਪਰਦਾਇਕ ਮਾਹੌਲ ਅਗਰ ਖੜਾ ਕਰਵਾਉਣਾ ਚਾਹੁੰਦੇ ਹੋ ਪੈਸਾ ਸੱਟੋ মিডিਆ ਦੇ ਅੱਗੇ ਚੈਨਲ ਦੇ ਅੱਗੇ ਅਖਬਾਰਾਂ ਵਾਲਿਆਂ ਦੇ ਅੱਗੇ ਉਹ ਉਸੇ ਤਰੀਕੇ ਦਾ ਮਾਹੌਲ ਕ੍ਰੀਏਟ ਕਰਨਾ ਸ਼ੁਰੂ ਕਰ ਦਣਗੇ ਉਹ ਪ੍ਰਚਾਰ ਮਾਧਿਅਮ ਵੀ ਹੈ ਲੇਕਿਨ ਉਹਦੇ ਨਾਲ ਪੈਸਾ ਵੀ ਜੁੜਿਆ ਆ ਐਡਵਰਟਾਈਜ਼ਮੈਂਟ ਵੀ ਜੁੜੀ ਹੋਈ ਹੈ ਕਾਰੋਬਾਰੀਆਂ ਦਾ ਕਾਰੋਬਾਰ ਵੀ ਉਸਦੇ ਨਾਲ ਜੁੜਿਆ ਹੋਇਆ ਹੁਣ ਜੋ ਫਿਲਮ ਇੰਡਸਟਰੀ ਖਾਸ ਤੌਰ ਤੇ ਆਪਾਂ ਅੱਜ ਜਿਸ ਵਿਸ਼ੇ ਦੇ ਉੱਤੇ ਬੈਠੇ ਆ ਇਹਦਾ ਜੋ ਆਰਥਿਕ ਪੱਖ ਫਿਲਮ ਦਾ ਜੋ ਆਰਥਿਕ ਪੱਖ ਜੋ ਪੈਸਾ ਲਗਾਇਆ ਹੋਇਆ ਆ ਕਿਉਂਕਿ ਫਿਲਮ ਕਮਾਈ ਕਰਨ ਦੇ ਲਈ ਤਾਂ ਬਣਾਈ ਨੀ ਗਈ ਆ ਆਰਥਿਕ ਪੱਖ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਸ਼ੂਦਰਾ ਟੂ ਖਾਲਸਾ ਫਿਲਮ ਨਹੀਂ ਬਣਾਈ ਗਈ ਹੈਗੀ ਇਹਦਾ ਇੱਕ ਪਾਰਟਿਕੂਲਰ ਮਕਸਦ ਹੈ ਕਿ ਮੂਲ ਨਿਵਾਸੀ ਬੋਜਨ ਸਮਾਜ ਦੇ ਲੋਕਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਾਉਣਾ ਉਹਨਾਂ ਨੂੰ ਜਾਗਰੂਤ ਕਰਨਾ ਉਹਨਾਂ ਨੂੰ ਸੰਗਠਿਤ ਕਰਨਾ ਲੇਕਿਨ ਇਸ ਫਿਲਮ ਨੂੰ ਬਣਾਉਣ ਦੇ ਵਿੱਚ ਕਾਫੀ ਸਾਰਾ ਜੋ ਪੈਸਾ ਲੱਗਾ ਹੋਇਆ ਆ ਉਹ ਪੈਸਾ ਹੀ ਵਾਪਸ ਆਜੇ ਜੋ ਲੱਗਾ ਹੋਇਆ ਆ ਤਾਂ ਉਹ ਅਗਰ ਇਸ ਫਿਲਮ ਨੂੰ ਪਾਸ ਕਰ ਦਿੱਤਾ ਜਾਂਦਾ ਇਸ ਨੂੰ ਸਰਟੀਫਿਕੇਟ ਦੇ ਦਿੱਤਾ ਜਾਂਦਾ ਅਗਰ ਇਹ ਫਿਲਮ ਸਿਨੇਮਿਆਂ ਚ ਲੱਗਦੀ ਸਾਡੇ ਲੋਕ ਦੇਖਦੇ ਆਪਾਂ ਆਪਣੇ ਮਾਧਿਅਮ ਤੋਂ ਇਸ ਫਿਲਮ ਨੂੰ ਦਾ ਵੱਧ ਤੋਂ ਵੱਧ ਪ੍ਰਚਾਰ ਕਰਦੇ ਸਾਡੇ ਲੋਕ ਫਿਲਮ ਦੇ ਵਿੱਚ ਜਾਂ ਥੀਏਟਰ ਦੇ ਵਿੱਚ ਜਾਂਦੇ ਉਹ ਪੈਸੇ ਵਾਪਸ ਰਿਟਰਨ ਆਂਦੇ ਉਹ ਸੰਭਾਵਨਾ ਜਿਹੜੀ ਉਹ ਜੋ ਰਿਸਕ ਜਿਹੜਾ ਚ ਹੋ ਗਿਆ ਹੈਗਾ ਉਹ ਆਪਣੀ ਜਗ੍ਹਾ ਆ ਲੇਕਿਨ ਜਦ ਆ ਪੋਜ਼ਿਟਿਵ ਪੱਖ ਜਿਹੜਾ ਹੈਗਾ ਪੋਜ਼ਿਟਿਵ ਪੱਖ ਇਹ ਕਿ ਉਹਨਾਂ ਨੇ ਅਗਰ ਇਸ ਨੂੰ ਸਰਟੀਫਿਕੇਟ ਨਹੀਂ ਦਿੱਤਾ ਤਾਂ ਸਭ ਤੋਂ ਵੱਡਾ ਜਮਲਪੁਰੀ ਜੀ ਇਹਨੂੰ ਕਿਹੜਾ ਉਹਨਾਂ ਨੇ ਸਰਟੀਫਿਕੇਟ ਦੇ ਦਿੱਤਾ ਕਿ ਇਹ ਫਿਲਮ ਸਹੀ ਦਿਸ਼ਾ ਚ ਗਈ ਹੈ ਜੀ ਤੁਹਾਨੂੰ ਜਿਹੜਾ ਉਹਨਾਂ ਨੇ ਅਦ੍ਰਿਸ਼ ਸਰਟੀਫਿਕੇਟ ਦੇ ਦਿੱਤਾ ਉਹ ਵੱਡਾ ਸਰਟੀਫਿਕੇਟ ਹੈ ਕਾਗਜ਼ੀ ਸਰਟੀਫਿਕੇਟ ਦੇ ਦਿੰਦੇ ਤਾਂ ਇਹਦਾ ਮਤਲਬ ਸੀ ਕਿ ਇਸ ਫਿਲਮ ਦੇ ਨਾਲ ਉਹਨਾਂ ਨੂੰ ਕੋਈ ਕੋਈ ਨੁਕਸਾਨ ਹੋਣ ਵਾਲਾ ਨਹੀਂ ਸੀ ਕੋਈ ਉਹਨਾਂ ਨੂੰ ਉਹ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਹਾਨੀ ਹੋਣ ਵਾਲੀ ਨਹੀਂ ਸੀ ਇਹ ਫਿਲਮ ਅਗਰ ਫਿਲਮ ਥੀਏਟਰਾਂ ਦੇ ਵਿੱਚ ਜਾਂਦੀ ਆ ਹਾਲਾਂਕਿ ਫਿਲਮ ਦੇ ਕੁਝ ਇੱਕ ਦੋ ਨੁਕਤਿਆਂ ਦੇ ਨਾਲ ਮੈਂ ਹੋ ਸਕਦਾ ਸਹਿਮਤ ਨਾ ਹੋਵਾਂ ਲੇਕਿਨ ਕੁੱਲ ਮਿਲਾ ਕੇ ਕਿਉਂਕਿ ਫਿਲਮ ਦੀ ਜੋ ਵਿਸ਼ਾ ਵਸਤੂ ਆ ਉਹ ਇਤਿਹਾਸ ਦੇ ਨਾਲ ਜੁੜੀ ਹੈ ਹੁਣ ਇਤਿਹਾਸ ਜੋ ਆ ਉਹ ਕਦੇ ਵੀ ਅੰਤਮ ਨਹੀਂ ਹੁੰਦਾ ਇਤਿਹਾਸ ਦਾ ਅਧਿਐਨ ਨਿਰੰਤਰ ਚੱਲਣ ਵਾਲੀ ਇੱਕ ਪ੍ਰਕਿਰਿਆ ਆ ਉਹ ਅੰਤਿਮ ਨਹੀਂ ਹੁੰਦਾ ਕਿ ਅਸੀਂ ਇਹ ਕਦੀ ਵੀ ਇਹ ਦਾਵਾ ਨਹੀਂ ਕਰ ਸਕਦੇ ਕਿ ਆ ਇਸੇ ਤਰ੍ਹਾਂ ਹੀ ਹੋਇਆ ਸੀਗਾ ਇਸ ਤੋਂ ਅੱਗੇ ਹੁਣ ਕੋਈ ਵੀ ਅਧਿਐਨ ਕਰਨ ਦੀ ਜਾਂ ਇਸ ਦੇ ਵਿੱਚ ਸੁਧਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਸ ਤਰ੍ਹਾਂ ਨਹੀਂ ਹੁੰਦਾ ਮੇਰੇ ਖਿਆਲ ਦੇ ਵਿੱਚ ਕਿਉਂਕਿ ਇਤਿਹਾਸ ਦੀ ਰਚਨਾ ਜਿਹੜੀ ਆ ਉਹ ਅਧਿਐਨ ਦੇ ਆਧਾਰ ਦੇ ਉੱਤੇ ਨਿਰੰਤਰ ਚੱਲਣ ਵਾਲੀ ਇੱਕ ਪ੍ਰਕਿਰਿਆ ਆ ਔਰ ਸਾਡੇ ਇਤਿਹਾਸ ਨੂੰ ਇੱਕ ਫਿਲਮ ਦੇ ਵਿੱਚ ਸਮੇਟ ਲੈਣਾ ਬੜਾ ਮੁਸ਼ਕਲ ਵਾਲਾ ਮੁਸ਼ਕਲ ਕੰਮ ਹੈ 2 2.5 ਘੰਟੇ ਦੀ ਫਿਲਮ ਦੇ ਵਿੱਚ ਹਜ਼ਾਰਾਂ ਸਾਲ ਦਾ ਇਤਿਹਾਸ ਸਮੇਟਣਾ ਬਹੁਤ ਹੀ ਮੁਸ਼ਕਲ ਹੈ ਫਿਰ ਵੀ ਸਿੱਖ ਮੂਵਮੈਂਟ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਿੰਧੂ ਹੜੱਪਾ ਮਹਾਂਜੜੜੋਂ ਤੋਂ ਇਸ ਫਿਲਮ ਦਾ ਵਿਸ਼ਾ ਜਿਹੜਾ ਆ ਉਹ ਸ਼ੁਰੂ ਹੁੰਦਾ ਆ ਸਟਾਰਟ ਹੁੰਦਾ ਆ ਔਰ ਖਾਸਾ ਪੰਥ ਦੀ ਸਿਰਜਣਾ ਤੱਕ ਜਾਂਦਾ ਆ ਇਸ ਫਿਲਮ ਦੇ ਵਿੱਚ ਜੋ ਵੀ ਅੱਜ ਦੀ ਮੌਜੂਦਾ ਸ਼ਾਸਕ ਜਮਾਤ ਨੇ ਅਤੀਤ ਦੇ ਵਿੱਚ ਸਾਡੇ ਲੋਕਾਂ ਦੇ ਉੱਤੇ ਜੋ ਜ਼ਬਰ ਜ਼ੁਲਮ ਕੀਤੇ ਗਏ ਉਹਦਾ ਬਖੂਬੀ ਫਿਲਮਾਂਕਣ ਜੋ ਹੈਗਾ ਆ ਉਹ ਇਸ ਫਿਲਮ ਦੇ ਵਿੱਚ ਕੀਤਾ ਗਿਆ ਆ ਲੇਕਿਨ ਹੋਰ ਵੀ ਬਹੁਤ ਕੁਝ ਹੈ ਇਤਿਹਾਸ ਦੇ ਵਿੱਚ ਸਾਡਾ ਜਿਹੜਾ ਗੌਰਵਮਈ ਇਤਿਹਾਸ ਹੈ ਜਿਹਦੇ ਉੱਤੇ ਅਸੀਂ ਮਾਣ ਕਰ ਸਕੀਏ ਜਿਦਾ ਰੋਮੀਲਾ ਥਾਪਰ ਇਤਿਹਾਸਕਾਰ ਆ ਉਹਨੇ ਇਤਿਹਾਸ ਭਾਰਤੀ ਇਤਿਹਾਸ ਬਾਰੇ ਗੱਲ ਕਹੀ ਆ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਮਾਣ ਕਰਨ ਵਾਲੀ ਕੋਈ ਚੀਜ਼ ਹੀ ਹੈ ਨਹੀਂ ਇਹ ਉਹ ਮੀਲਾ تھا ਪਰਦਾ ਕਹਿਣਾ ਹੋ ਸਕਦਾ ਲੇਕਿਨ ਸਾਨੂੰ ਪਤਾ ਆਪਣੇ ਇਤਿਹਾਸ ਦਾ ਕਿ ਸਾਡਾ ਜਿਹੜਾ ਇਤਿਹਾਸ ਹੈ ਬਹੁਤ ਗੌਰਵਸ਼ਾਲੀ ਇਤਿਹਾਸ ਹੈ ਉਹ ਗੌਰਵਸ਼ਾਲੀ ਇਤਿਹਾਸ ਨੂੰ ਨਸ਼ਟ ਕੀਤਾ ਗਿਆ ਖਤਮ ਕੀਤਾ ਗਿਆ ਕਿਉਂਕਿ ਕਲਮ ਕਸਾਈ ਲੋਕਾਂ ਨੇ ਜਿਨ੍ਹਾਂ ਨੇ ਵੀ ਇਤਿਹਾਸ ਲਿਖਿਆ ਹੈ ਦਸਤਾਵੇਜ਼ੀਕਰਨ ਕੀਤਾ ਮੈਂ ਜਿਹੜੇ ਦਸਤਾਵੇਜ਼ ਆਪਾਂ ਪੜ੍ਹਦੇ ਹਾਂ ਸੰਸਕ੍ਰਿਤ ਸਾਹਿਤ ਖਾਸ ਤੌਰ ਤੇ ਉਸ ਸੰਸਕ੍ਰਿਤ ਸਾਹਿਦ ਦੇ ਮਾਧਿਅਮ ਤੋਂ ਸਾਡਾ ਇਤਿਹਾਸ ਖਤਮ ਕੀਤਾ ਗਿਆ ਨਸ਼ਟ ਕੀਤਾ ਗਿਆ ਉਸ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਮਿਥੋਲੋਜੀ ਹਾਈ ਵੀ ਕਰ ਦਿੱਤੀ ਗਈ ਔਰ ਹਿਸਟਰੀ ਨੂੰ ਦਬਾ ਦਿੱਤਾ ਗਿਆ ਉਸ ਇਤਿਹਾਸ ਨੂੰ ਸਿੰਧੂ ਹੜੱਪਾ ਮਹੰਜੋਦੜੋਨੋਂ ਦੇ ਇਤਿਹਾਸ ਨੂੰ ਗਣਾ ਦੇ ਇਤਿਹਾਸ ਨੂੰ ਜਿਹਨਾਂ ਗਣਾ ਤੋਂ ਵਰਦਮਾਨ ਮਹਾਵੀਰ ਸਿਦਾਰਥ ਗੌਤਮ ਬੁੱਧ ਅਨੰਦ ਵੰਸ਼ ਦਾ ਰਾਜ ਮੌਰੀਆ ਕਾਲ ਦਾ ਰਾਜ ਕਨਿਸ਼ਕ ਦਾ ਰਾਜ ਹਰਸ਼ਵਰਧਨ ਦਾ ਰਾਜ 670 ਇਸਵੀ ਤੱਕ ਖਾਸ ਤੌਰ ਤੇ ਇਸ ਫਿਲਮ ਦੇ ਵਿੱਚ 185 ਬੀਸੀ ਵਿਸ਼ੇਮਿਤ੍ਰ ਸ਼ੁੰਗ ਦੀ ਹੱਤਿਆ ਤੋਂ ਬਾਅਦ ਸੌਰੀ ਬ੍ਰਿਦਰਥ ਦੀ ਹੱਤਿਆ ਤੋਂ ਬਾਅਦ ਵਿਸ਼ੇਮਿਤ੍ਰ ਸ਼ੁੰਗ ਦੁਆਰਾ ਬ੍ਰਿਦਰਥ ਦੀ ਹੱਤਿਆ ਤੋਂ ਬਾਅਦ ਮਤਲਬ 185 ਬੀਸੀ ਤੋਂ ਲੈ ਕੇ 1699 ਤੱਕ ਵੀ ਲਾਈਏ ਤੇ 1884 ਸਾਲ ਦਾ ਇਤਿਹਾਸ ਦਾ ਕਾਲ ਬਣਦਾ ਹੈ 2 ਸਾਲ 185 BC ਔਰ 1699 ਨੂੰ ਜਦੋਂ ਜੋੜਦੇ ਆਂ ਤੇ 1884 ਸਾਲ ਦੇ ਇਤਿਹਾਸ ਦੇ ਵਿੱਚ ਹੋਰ ਵੀ ਬਹੁਤ ਕੁਝ ਹੈ ਉਹ ਚੀਜ਼ਾਂ ਨੂੰ ਵੀ ਸਮੇਂ ਦੇ ਨਾਲ ਅੱਗੇ ਲਿਆਉਣਾ ਪਏਗਾ ਉਹਨਾਂ ਚੀਜ਼ਾਂ ਦੇ ਉੱਤੇ ਵੀ ਖੋਜ ਕਰਨੀ ਪਏਗੀ ਕਿ ਅਸੀਂ ਸੀਨਾ ਚੌੜਾ ਕਰ ਸਕੀਏ ਉਹਨਾਂ ਚੀਜ਼ਾਂ ਨੂੰ ਫਿਲਮਾਂ ਕੇ ਆਪਣੇ ਸਮਾਜ ਨੂੰ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਇੱਕ ਇਹੋ ਜਿਹਾ ਇਤਿਹਾਸ ਦਈਏ ਕਿ ਜਿਹਦੇ ਉੱਤੇ ਅਸੀਂ ਗੌਰਵ ਕਰ ਸਕੀਏ ਮਾਣ ਕਰ ਸਕੀਏ ਕਿ ਅਸੀਂ ਆਹ ਦੇਸ਼ ਨੂੰ ਸਾਡੇ ਪੁਰਖਿਆਂ ਨੇ ਇਸ ਦੇਸ਼ ਨੂੰ ਆਹ ਦੇਣ ਦਿੱਤੀ ਹੈ। ਔਰ ਬਾਂਮਣ ਮਾੜੀਆਂ ਨੇ ਇਸ ਦੇਸ਼ ਨੂੰ ਕੀ ਦੇਣ ਦਿੱਤੀ ਹੈ ਉਸ ਨੂੰ ਕੰਪੈਰੀਟਿਵਲੀ ਸਮਾਜ ਦੇ ਸਾਹਮਣੇ ਲਿਆਉਣਾ ਪਵੇਗਾ ਇਹ ਫਿਲਮ ਬਣੀ ਇਹ ਫਿਲਮ ਤੁਹਾਡੇ ਸਾਹਮਣੇ ਆਈ ਤੁਸੀਂ ਇਸ ਨੂੰ ਉਮੀਦ ਹੈ ਪਰਮਾ ਹੁੰਗਾਰਾ ਦਿਓਗੇ ਇਸ ਨੂੰ ਦੇਖੂਗੇ ਇਸ ਨੂੰ ਦਿਖਾਉਗੇ ਲੇਕਿਨ ਇਸ ਤੋਂ ਇਲਾਵਾ ਵੀ ਹੋਰ ਵੀ ਫਿਲਮਾਂ ਅਗਰ ਇਹ ਫਿਲਮ ਤੁਸੀਂ ਸਫਲ ਕਰਦੇ ਹੋ ਕਿਉਂਕਿ ਤੁਹਾਡੇ ਹੱਥ ਵਿੱਚ ਹੈ ਇਹ ਫਿਲਮ ਅਗਰ ਸਫਲ ਹੁੰਦੀ ਹੈ ਵੱਡੇ ਪੈਮਾਨੇ ਤੇ ਸਮਾਜ ਦੇ ਵਿੱਚ ਜਾਂਦੀ ਹੈ ਬਹੁਤ ਸਾਰੇ ਤਰੀਕੇ ਨੇ ਅਗਰ ਸੈਂਸਰ ਬੋਰਡ ਨੇ ਇਸ ਨੂੰ ਪਾਸ ਨਹੀਂ ਕੀਤਾ ਤਾਂ ਦੂਸਰੇ ਬਹੁਤ ਸਾਰੇ ਤਰੀਕੇ ਨੇ ਪਾਸ ਤਾਂ ਤੁਸੀਂ ਕਰਨਾ ਹੈ ਸੈਂਸਰ ਬੋਰਡ ਦੇ ਸਰਟੀਫਿਕੇਟ ਦੇ ਮੁਹਤਾਜ ਹੈ ਕਿ ਆਪਾਂ ਆਪਾਂ ਫਿਲਮ ਬਣਾਈ ਆਪਣੇ ਸਮਾਜ ਨੂੰ ਦਿਖਾਉਣ ਲਣ ਦੇ ਲਈ ਤੇ ਸਾਨੂੰ ਉਹਨਾਂ ਦੇ ਸਰਟੀਫਿਕੇਟ ਦੇ ਮੁਹਤਾਜ ਹੋਣ ਦੀ ਜ਼ਰੂਰਤ ਨਹੀਂ ਹੈਗੀ ਹੋਰ ਬਹੁਤ ਸਾਰੇ ਤਰੀਕੇ ਨੇ ਜਿਨ੍ਹਾਂ ਤਰੀਕਿਆਂ ਦੇ ਮਾਧਿਅਮਾਂ ਦੇ ਜ਼ਰੀਏ ਆਪਾਂ ਇਹ ਫਿਲਮ ਆਪਣੇ ਸਮਾਜ ਤੱਕ ਪਹੁੰਚਾ ਸਕਦੇ ਹਾਂ ਔਰ ਫਿਲਮ ਦੀ ਸਫਲਤਾ ਤੁਹਾਡੇ ਹੱਥ ਦੇ ਵਿੱਚ ਹੈ ਇੱਕ ਸਿਰਜਣਾਤਮਕ ਕੰਮ ਕੀਤਾ ਹੈਗਾ ਕਿਉਂਕਿ ਜ਼ਿਆਦਾਤਰ ਸਾਡੇ ਪ੍ਰੋਗਰਾਮ ਜਿਹੜੇ ਹੁੰਦੇ ਨੇ ਉਹ ਪ੍ਰੋਗਰਾਮ ਸਿਰਫ ਸੁਣਨ ਸੁਣਾਉਣ ਤੱਕ ਸੀਮਤ ਹੋ ਜਾਂਦੇ ਆ ਔਰ ਅਸੀਂ ਸੁਣਨ ਔਰ ਸੁਣਾਉਣ ਦੇ ਵਿੱਚ ਵੀ ਆਪਣਾ ਲੱਖਾਂ ਕਰੋੜਾ ਰੁਪਇਆ ਰੋਜ਼ ਖਰਚ ਕਰ ਰਹੇ ਆ ਸੁਣਨ ਔਰ ਸੁਣਾਉਣ ਦੇ ਵਿੱਚ ਸੁਣਨਾ ਔਰ ਸੁਣਾਉਣਾ ਵੀ ਜ਼ਰੂਰੀ ਹੈ ਚਰਚਾ ਜ਼ਰੂਰੀ ਹੈ ਲੇਕਿਨ ਸਾਨੂੰ ਸਾਹਿਤ ਦੇ ਖੇਤਰ ਦੇ ਵਿੱਚ ਸਾਨੂੰ ਮੀਡੀਆ ਦੇ ਖੇਤਰ ਦੇ ਵਿੱਚ ਸਾਨੂੰ ਫਿਲਮ ਦੇ ਖੇਤਰ ਦੇ ਵਿੱਚ ਸਾਨੂੰ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਸਾਨੂੰ ਹੈਲਥ ਦੇ ਖੇਤਰ ਦੇ ਵਿੱਚ ਇਹ ਤਮਾਮ ਇਹੋ ਜਿਹੇ ਖੇਤਰ ਨੇ ਇਹਨਾਂ ਖੇਤਰਾਂ ਦੇ ਉੱਤੇ ਸਾਨੂੰ ਸਿਰਜਣਾਤਮਕ ਕੰਮ ਕਰਨੇ ਹੋਣਗੇ ਜਿਵੇਂ ਇਹ ਫਿਲਮ ਦੀ ਸਿਰਜਣਾ ਕੀਤੀ ਹੈ ਇਹ ਫਿਲਮ ਨੂੰ ਦੁਨੀਆ ਦੇਖ ਸਕਦੀ ਹੈ ਇਸੇ ਤਰ੍ਹਾਂ ਬਾਕੀ ਜਿਹੜੇ ਖੇਤਰ ਮੈਂ ਬੋਲੇ ਆ ਇਹਨਾਂ ਖੇਤਰਾਂ ਦੇ ਵਿੱਚ ਵੀ ਜਦੋਂ ਅਸੀਂ ਸਿਰਜਣਾਤਮਕ ਕੰਮ ਕਰਨਾ ਸ਼ੁਰੂ ਕਰਾਂਗੇ ਤਾਂ ਉਹ ਵੀ ਸਮਾਜ ਨੂੰ ਦਿਖਣਗੇ ਸਮਾਜ ਉਸ ਤੋਂ ਫਾਇਦਾ ਲਏਗਾ ਸਿਰਫ ਚਰਚਾ ਤੱਕ ਸੀਮਤ ਨਾ ਰਹਿੰਦੇ ਹੋਏ ਮੈਂ ਇਹ ਉਮੀਦ ਕਰਦਾ ਕਿ ਅਸੀਂ ਸਾਥੀ ਆਪਣੇ ਅੰਦਰਲੀ ਜਿਹੜੀ ਸਿਰਜਣਾਤਮਕਤਾ ਆ ਜਿਹੜੀ ਕ੍ਰੀਏਟੀਵਿਟੀ ਹੈ ਉਸ ਦਾ ਵੱਧ ਤੋਂ ਵੱਧ ਉਪਯੋਗ ਕਰਦੇ ਹੋਏ ਜੋ ਵੀ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਖੇਤਰ ਹਨ ਉਹਨਾਂ ਸਾਰੇ ਖੇਤਰਾ ਨੂੰ ਲੈ ਕੇ ਅਸੀਂ ਸਿਰਜਣਾਤਮਕ ਕੰਮ ਕਰਨਾ ਸ਼ੁਰੂ ਕਰੀਏ ਇਹ ਅਸਲ ਚ ਕੰਪੀਟੀਸ਼ਨ ਹੈ ਉਹ ਫਿਲਮਾਂ ਬਣਾ ਰਹੇ ਆ ਜਦੋਂ ਅਸੀਂ ਵੀ ਫਿਲਮਾਂ ਬਣਾਉਣਾ ਸ਼ੁਰੂ ਕਰਾਂਗੇ ਇਹ ਕੰਪੀਟੀਸ਼ਨ ਹੈ ਇਹ ਅਸਲ ਚ ਉਹਨਾਂ ਨੂੰ ਥ੍ਰੈਟ ਹੈ ਅਗਰ ਉਹ ਪ੍ਰਾਈਵੇਟ ਪਬਲਿਕ ਸਕੂਲ ਖੜੇ ਕਰ ਰਹੇ ਆ ਜਦੋਂ ਅਸੀਂ ਵੀ ਆਪਣੇ ਸਮਾਜ ਦੇ ਪੈਸੇ ਦਾ ਸਮਾਜਿਕरण ਕਰਕੇ ਅਸੀਂ ਆਪਣੇ ਸਕੂਲ ਖੜੇ ਸ਼ੁਰੂ ਕਰਦਾ ਕੀ ਕਰਨੇ ਇਹ ਉਹਨਾਂ ਨੂੰ ਅਸਲ ਥ੍ਰੈਟ ਹੈ ਅਸਲ ਚੈਲੰਜ ਹੈ ਤੁਸੀਂ ਦੇਖਦੇ ਹੋਵੋਗੇ ਕਿ ਜੇਕਰ ਲੁਧਿਆਣੇ ਦੇ ਵਿੱਚ ਬੈਠੇ ਆਪਾਂ ਲੁਧਿਆਣੇ ਦੀ ਉਦਾਹਰਣ ਲੈ ਲੈਂਦੇ ਆਪਾਂ ਕਿਤੇ ਦੂਰ ਨਹੀਂ ਜਾਂਦੇ ਕਿ ਲੁਧਿਆਣੇ ਦੇ ਵਿੱਚ ਕ੍ਰਿਸਚੀਅਨ ਮਿਸ਼ਨਰੀਆਂ ਨੇ ਇੱਕ ਹਸਪਤਾਲ ਖੋਲ੍ਹ ਲਿਆ ਕ੍ਰਿਸਚੀਅਨ ਸੀਐਮਸੀ ਕ੍ਰਿਸਚੀਅਨ ਮਿਸ਼ਨਰੀ ਕਾਲਜ ਮੈਡੀਕਲ ਕਾਲਜ ਮੈਡੀਕਲ ਕਾਲਜ ਸੀਐਮਸੀ ਸੀਐਮਸੀ ਖੋਲ੍ਹਿਆ ਉਹਦੇ ਪੈਰਲਲ ਹਿੰਦੂਆਂ ਨੇ ਡੀਐਮਸੀ ਦੇਨੰਦ ਮੈਡੀਕਲ ਕਾਲਜ ਦੇਨੰਦ ਮੈਡੀਕਲ ਖੋਲ ਖੋਲ ਦਿੱਤਾ ਇੱਕ ਬਿਲਡਿੰਗ ਖੜੀ ਹੋਈ ਇੱਕ ਹਸਪੀਟਲ ਖੜਾ ਹੋਇਆ ਉਹਦੇ ਪੈਰਲਲ ਉਹਨਾਂ ਨੇ ਉਸ ਤੋਂ ਵੀ ਜ਼ਿਆਦਾ ਤਾਕਤ ਲਗਾ ਕੇ ਉਸ ਤੋਂ ਵੀ ਜ਼ਿਆਦਾ ਪੈਸਾ ਲਗਾ ਕੇ ਉਹਦੇ ਪੈਰਲਲ ਉਹਦੇ ਆਪੋਜ਼ਿਟ ਉਹਨਾਂ ਨੇ ਡੀਐਮਸੀ ਖੋਲ ਦਿੱਤਾ ਹਾਲਾਂਕਿ ਸੀਐਮਸੀ ਬੰਤਾ ਨਹੀਂ ਹੋ ਗਿਆ ਫੇਲ ਤਾਂ ਨਹੀਂ ਹੋ ਗਿਆ ਲੇਕਿਨ ਉਸ ਨੂੰ ਡੈਮੇਜ ਕਰਨ ਦੇ ਦੀ ਪੂਰੀ ਕੋਸ਼ਿਸ਼ ਉਹਨਾਂ ਨੇ ਕੀਤੀ ਔਰ ਕਿੰਨੇ ਸਫਲ ਹੋਏ ਕਿੰਨੇ ਸਫਲ ਨਹੀਂ ਹੋਏ ਉਹ ਆਪਾਂ ਜਾਣਦੇ ਆ ਅਗਰ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਸਿਰਜਣਾ ਹੁੰਦੀ ਆ ਤਾਂ ਉਹਦੇ ਪੈਰਲਲ ਵੀ ਉਹ ਦਰਗਿਆਣਾ ਮੰਦਿਰ ਖੋਲ੍ਹ ਦਿੰਦੇ ਆ ਬਣਾ ਦਿੰਦੇ ਆ ਅਸਲ ਚੈਲੰਜ ਇਹ ਹੁੰਦਾ ਅਗਰ ਕੋਈ ਦੌੜ ਰਿਹਾ ਕਿਸੇ ਰੇਸ ਦਾ ਉਹ ਤਾਵਕ ਹੈ ਦੌੜਾਕ ਹੈ ਤਾਂ ਅਸੀਂ ਉਹਨੂੰ ਚੈਲੰਜ ਕਿੱਦਾਂ ਦੇ ਸਕਦੇ ਆ ਸਿਰਫ ਗੱਲੀਬਾਤੀ ਚੈਲੰਜ ਦੇ ਸਕਦੇ ਆ ਕੀ ਸਾਨੂੰ ਤਿਆਰੀ ਕਰਨੀ ਪੈਗੀ ਉਸ ਨਾਲੋਂ ਵੀ ਜ਼ਿਆਦਾ ਤੇਜ਼ ਦੌੜ ਕੇ ਅਸੀਂ ਉਸਨੂੰ ਅੱਗੇ ਨਿਕਲਣ ਦੀ ਮਤਲਬ ਕਿ ਜੋ ਅੱਜ ਜੋ ਕੁਝ ਵੀ ਬਾਮਣ ਬਾਣੀਏ ਦੇ ਕੋਲ ਹੈ ਉਸ ਤੋਂ ਜਿਆਦਾ ਅਸੀਂ ਵੱਡੇ ਪੈਮਾਨੇ ਤੇ ਤਿਆਰੀ ਕਰਕੇ ਅੱਗੇ ਨਿਕਲੀਏ ਕਿਉਂਕਿ ਲੋਕਤਾਂਤ੍ਰਿਕ ਸਿਸਟਮ ਦੇ ਵਿੱਚ ਤੁਹਾਨੂੰ ਸੰਵਿਧਾਨ ਨੂੰ ਫਾਲੋ ਕਰਦਿਆਂ ਹੀ ਅੱਗੇ ਚੱਲਣਾ ਹੋਵੇਗਾ ਗੈਰ ਸੰਵਿਧਾਨਿਕ ਤਰੀਕਿਆਂ ਨੂੰ ਅਪਣਾਵਾਂਗੇ ਤਾਂ ਸੰਵਿਧਾਨ ਸਾਡੇ ਹੀ ਪੁਰਖਿਆਂ ਨੇ ਬਣਾਇਆ ਹੈਗਾ ਆਪਾਂ ਉਹਨਾਂ ਨੂੰ ਬਾਬਾ ਸਾਹਿਬ ਅੰਬेडकर ਨੂੰ ਯਾਦ ਕਰਦੇ ਹਾਂ ਫਿਰ ਅਸੀਂ ਉਸੇ ਚੀਜ਼ ਦਾ ਵਾਇਓਲੇਸ਼ਨ ਕਰਾਂਗੇ ਹਾਂ ਇਹ ਉਰਾ ਕਿਹਾ ਕਿ ਜਦੋਂ ਜਿਹੜੇ ਸਾਰੇ ਤਰੀਕੇ ਜਿਹੜੇ ਆ ਸੰਵਿਧਾਨਕ ਤਰੀਕੇ ਅਗਰ ਫੇਲ ਹੋ ਜਾਂਦੇ ਆ ਸਿਸਟਮ ਨੂੰ ਠੀਕ ਕਰਨ ਦੇ ਲਈ ਫਿਰ ਸੰਵਿਧਾਨਕ ਤਰੀਕੇ ਅਪਣਾਏ ਜਾ ਸਕਦੇ ਉਹ ਬਾਅਦ ਦੀ ਗੱਲ ਆ ਲੇਕਿਨ ਫਿਲਹਾਲ ਹਾਲ ਦੀ ਘੜੀ ਦੇ ਵਿੱਚ ਅਸੀਂ ਸੰਵਿਧਾਨਕ ਤਰੀਕਿਆਂ ਦੇ ਦੁਆਰਾ ਹੀ ਸੰਵਿਧਾਨ ਦੇ ਫਰੇਮਵਰਕ ਦੇ ਵਿੱਚ ਰਹਿੰਦੇ ਆ ਹੋયા ਹੀ ਸਾਨੂੰ ਸੰਵਿਧਾਨ ਨੇ ਸਾਰੇ ਹੱਕ ਹਕੂਕ ਦਿੱਤੇ ਹੋਏ ਆ 26 ਜਨਵਰੀ 1950 ਨੂੰ ਅਸੀਂ ਆਜ਼ਾਦ ਹੋ ਚੁੱਕੇ ਆ ਜਿਹੜੀ ਗੱਲ ਸਾਡੇ ਦਿਮਾਗ ਦੇ ਵਿੱਚ ਬਾਰ ਬਾਰ ਕੇ ਘੂਲ-ਘੋਲ ਕੇ ਪਾਈ ਜਾਂਦੀ ਆ ਕਿ ਅਸੀਂ ਗੁਲਾਮ ਆ ਅਸੀਂ ਗੁਲਾਮ ਆ ਅਸੀਂ ਗੁਲਾਮ ਆ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਗੁਲਾਮ ਕਿਹਨਾਂ ਨੂੰ ਆਖਿਆ ਜਾਂਦਾ ਗੁਲਾਮ ਉਹਨਾਂ ਲੋਕਾਂ ਨੂੰ ਆਖਿਆ ਜਾਂਦਾ ਜਿਨ੍ਹਾਂ ਨੂੰ ਕੋਈ ਹੱਕ ਹਕੂਕ ਨਹੀਂ ਹੁੰਦੇ ਜੇ ਦੇ ਕੋਲ ਕੋਈ ਜਿਸ ਵਿਅਕਤੀ ਕੋਲ ਕੋਈ ਰਾਈਟ ਨਹੀਂ ਹੈਗਾ ਕੋਈ ਅਧਿਕਾਰ ਨਹੀਂ ਹੈਗਾ ਉਹ ਉਸ ਨੂੰ ਕਹਿ ਸਕਦੇ ਆ ਕੋ ਗੁਲਾਮ ਹੈ ਲੇਕਿਨ ਜਿਸ ਵਿਅਕਤੀ ਦੇ ਕੋਲ ਅਧਿਕਾਰ ਨੇ ਜਿਸ ਸਮਾਜ ਦੇ ਕੋਲ ਅਧਿਕਾਰ ਨੇ ਉਹਨੂੰ ਗੁਲਾਮ ਕਿੱਦਾਂ ਕਿਹਾ ਜਾ ਸਕਦਾ ਸਾਡੇ ਪੁਰਖਿਆਂ ਨੇ ਲੜਾਈ ਲੜ ਕੇ 26 ਜਨਵਰੀ 1950 ਨੂੰ ਸਾਨੂੰ ਸਾਰੇ ਹੱਕ ਅਧਿਕਾਰ ਸੰਵਿਧਾਨ ਦੇ ਵਿੱਚ ਦਿਲਵਾ ਦਿੱਤੇ ਆ ਗੱਲ ਜ਼ਰੂਰਤ ਹੈ ਜੇ ਉਹਨਾਂ ਅਧਿਕਾਰਾਂ ਦੀ ਵਰਤੋਂ ਕਰਨ ਦੀ ਔਰ ਉਹਨਾਂ ਅਧਿਕਾਰਾਂ ਨੂੰ ਸਿਰਜਣਾਤਮਕ ਕੰਮਾਂ ਦੇ ਵਿੱਚ ਲਿਆਉਣ ਦੀ ਸਿਰਫ ਪ੍ਰਤੀਕਿਰਿਆ ਤੱਕ ਸੀਮਤ ਨਾ ਰਹੀਏ। ਇਸ ਦਾ ਮਤਲਬ ਇਹ ਨਹੀਂ ਕਿ ਮੈਂ ਪ੍ਰਾਈਵੇਟਾਈਜੇਸ਼ਨ ਦਾ ਸਮਰਥਨ ਕਰ ਰਿਹਾ ਹਾਂ। ਕਿਉਂਕਿ ਪ੍ਰਾਈਵੇਟਾਈਜੇਸ਼ਨ ਵਗੈਰਾ ਰੋਕਣਾ ਹੈਗਾ ਤਾਂ ਉਹ ਸੱਤਾ ਵਿੱਚ ਆ ਕੇ ਰੋਕਿਆ ਜਾ ਸਕਦਾ। ਸੱਤਾ ਵਿੱਚ ਆਣਾ ਹੈ ਤਾਂ ਜਨ ਸਮਰਥਨ ਚਾਹੀਦਾ। ਆਪਣੇ ਸਮਾਜ ਦੇ ਸਮਰਥਨ ਤੋਂ ਬਿਨਾਂ ਉਸ ਦੀ ਵੋਟ ਤੋਂ ਬਿਨਾਂ ਅਸੀਂ ਸੱਤਾ ਵਿੱਚ ਨਹੀਂ ਆ ਸਕਦੇ ਔਰ ਸੱਤਾ ਵਿਚ ਆਏ ਬਿਨਾ ਅਸੀਂ ਪ੍ਰਾਈਵੇਟਾਈਜੇਸ਼ਨ ਨੂੰ ਨਹੀਂ ਰੋਕ ਸਕਦੇ ਤਾਂ ਇਹਦਾ ਮਤਲਬ ਆ ਕਿ ਸੱਤਾ ਹਾਸਲ ਕਰਨ ਲਈ ਸਮਾਜ ਦਾ ਸਮਰਥਨ ਹਾਸਲ ਕਰਨਾ ਪਏਗਾ ਸਮਾਜ ਦਾ ਸਮਰਥਨ ਹਾਸਲ ਕਰਨ ਦੇ ਲਈ ਸਾਨੂੰ ਸਮਾਜ ਦੇ ਲਈ ਸਿਰਜਣਾਤਮਕ ਕੰਮ ਕਰਨੇ ਪੈਣਗੇ ਕਿਉਂਕਿ ਗੱਲੀ ਬਾਤੀ ਕਿਸੇ ਦਾ ਟਿੱਡ ਨਹੀਂ ਭਰਦਾ ਗੱਲਾਂ ਬਹੁਤ ਨੇ ਕਾਫੀ ਸਮਾਂ ਤੁਸੀਂ ਸੁਣਿਆ ਇਸ ਲਈ ਤੁਹਾਡਾ ਧੰਨਵਾਦ ਤੇ ਫਿਰ ਤੋਂ ਇੱਕ ਵਾਰ ਮੈਂ ਵਧਾਈ ਦਿੰਦਾ ਸਾਰੀ ਟੀਮ ਨੂੰ ਇਸ ਫਿਲਮ ਦੇ ਲਈ ਔਰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਅਸੀਂ ਉਹਨਾਂ ਦੇ ਸਰਟੀਫਿਕੇਟ ਦੇ ਮੁਹਤਾਜ ਨਹੀਂ ਹੈਗੇ ਇਹ ਫਿਲਮ ਪਬਲਿਕ ਤੱਕ ਜਾਣੀ ਚਾਹੀਦੀ ਆ ਸਮਾਜ ਤੱਕ ਜਾਣੀ ਚਾਹੀਦੀ ਆ ਉਹਦੇ ਲਈ ਸਾਡੀ ਸਭ ਦੀ ਜ਼ਿੰਮੇਵਾਰੀ ਆ ਕਿ ਇਸ ਫਿਲਮ ਨੂੰ ਆਪਣੇ ਸਮਾਜ ਤੱਕ ਪਹੁੰਚਾਈਏ ਔਰ ਜਿਹੜਾ ਸਰਟੀਫਿਕੇਟ ਨਾ ਦੇ ਕੇ ਉਹਨਾਂ ਨੇ ਜਿਹੜਾ ਅਦ੍ਰਿਸ਼ ਸਰਟੀਫਿਕੇਟ ਤੁਹਾਨੂੰ ਦੇ ਦਿੱਤਾ ਕਿ ਇਹ ਫਿਲਮ ਸਹੀ ਦਿਸ਼ਾ 'ਚ ਗਈ ਹੈ ਕਿਉਂਕਿ ਇਹ ਫਿਲਮ ਉਹਨਾਂ ਦੇ ਸਿਸਟਮ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਸਿਸਟਮ ਦੀ ਪੂਲ ਖੋਲਦੀ ਹੈ। ਉਹਨਾਂ ਦੀ ਸ਼ਰਾਰਤ ਦੀ ਪੂਲ ਖੋਲਦੀ ਹੈ। ਉਹ ਨਹੀਂ ਖੋਲਣੀ ਚਾਹੁੰਦੇ, ਉਹ ਆਪਣਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਇਸ ਲਈ ਉਹਨਾਂ ਨੇ ਸਰਟੀਫਿਕੇਟ ਨਹੀਂ ਦਿੱਤਾ। ਲੇਕ ਜਿਸ ਮਕਸਦ ਲਈ ਆਪਾਂ ਫਿਲਮ ਬਣਾਈ ਸੀ ਉਹ ਉਸ ਮਕਸਦ ਵੱਲ ਇਹ ਫਿਲਮ ਗਈ ਆ। ਇਹ ਸੀ ਦਾ ਸਰਟੀਫਿਕੇਟ ਉਹਨਾਂ ਨੇ ਆਪਾਂ ਨੂੰ ਦਿੱਤਾ ਹੈ। ਇਸ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ, ਨਮੋ ਵਧਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।